ਉਹ ਸੋਹਣਾ ਬਣਾਇਆ ਨਾ ਭਾਜੀ। ਹਾਂਜੀ ਹਾਂ ਵੀ ਮਿੱਤਰੋ ਬਰਫ਼ ਤੋਂ ਸਿੱਧਾ ਹੀ ਪਹੁੰਚ ਗਏ ਹਾਂ ਰਾਜਸਥਾਨ ਤੇ ਮੁੰਡੇ ਆ ਗਏ ਰਾਜਸਥਾਨ ਆ ਭਾਂਜਾ ਜੀ ਕੀ ਹਾਲ ਠੀਕ ਆ ਹੈ ਠੀਕ ਆ ਤੇ ਆਪਾਂ ਆ ਗਏ ਰਾਜਸਥਾਨ ਮੁੰਡੇ ਸਾਰੇ ਸਿੱਧੇ ਹੀ ਬਰਫ਼ ਤੋਂ ਹੁਣ ਕਹਿੰਦੇ ਗਰਮੀ ਠੰਡ ਤੋਂ ਸਿੱਧੀ ਗਰਮੀ ਜ਼ਿਆਦੀ ਠੰਡ ਪੈ ਗਈ ਹੈ ਅੰਦਰ ਤੇ ਹੁਣ ਲਹਿਰ ਬਹਿਰ ਹੁਣ ਰਾਜਸਥਾਨ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਵੇਖ ਲਓ ਜੀ ਤੇ ਕਿੱਥੇ ਕੋਟੀਆਂ ਪਏ ਤੇ ਕਿੱਥੇ ਕੈਪਰੀਆਂ ਚ ਘੁੰਮਣ ਲੱਗੇ ਆ ਜੀ ਹੋਰ ਕੀ ਆ ਜੀ ਚੱਲਣ ਲੱਗੀ ਆ ਰਾਜਸਥਾਨ ਚ ਗੋਲੀ ਅੱਤਾ ਚੱਕ ਲਓ ਭੈਣ ਦੀ ਸਿਰੀ ਮੈਨੂੰ ਸੌਣਾ ਬੰਦ ਹੋ ਗਿਆ ਪਿੱਛੇ ਜੀ ਗਰਮੀ ਬਹੁਤ ਆ ਉਸਤਾਦ ਜੀ ਗਰਮੀ ਵਾਧੂ ਜੀ ਸਿੱਧੀ ਬਰਫ਼ ਤੋਂ ਸਿੱਧੀ ਰੇਤ ਦੇ ਵਿੱਚ ਸਹੀ ਆ ਬਾਕੀ ਜੀ ਜਗਾਰ ਤੁਸੀਂ ਦੇਖੋ ਵਿਊ ਤੁਹਾਨੂੰ ਦਿਖਾਉਂਦੇ ਆ ਵਿਊ ਸਿਰਾ ਆ ਸਾਡਾ ਭਾਂਜਾ ਭੰਗੜਾ ਪਾ ਦੇ ਦੇਖ ਲਓ ਜੀ ਇਹ ਸਾਡਾ ਹੁਣ ਦੇਖਦੇ ਅੱਗੇ ਚੱਲਦੇ ਆ ਦੇਖਦੇ ਆ ਅੱਗੇ ਵੀ ਕੀ ਸੀਨ ਆ ਹੁਣ ਤਾਂ ਬਹੁਤ ਜ਼ਿਆਦੀ ਆ ਯਾਨੀ ਕਿ ਇੱਥੇ ਇਹਨਾਂ ਨੂੰ ਟਿੱਬੇ ਕਹਿ ਦਿੰਦੇ ਆ ਟਿੱਬੇ ਗਰਮ ਬਹੁਤ ਆ ਹਾਂਜੀ ਬਾਕੀ ਤੁਹਾਨੂੰ ਤਾਂ ਦੇ ਟਿੱਬਿਆਂ ਦੇ ਵਿੱਚ ਆ ਗਏ ਆ ਠੀਕ ਆ ਸਰਦੀ ਤੋਂ ਸਿੱਧਾ ਗਰਮੀ ਦੇ ਵਿੱਚ ਗੱਡੀ ਲਾਈ ਆ ਤੇ ਦੇਖ ਲਓ ਧੁੱਪ ਗਰਮੀ ਦੇਖ ਲਓ ਪੰਜਾਬ 'ਚ ਹਾਲੇ ਗਰਮੀ ਇੰਨੀ ਹੋਣੀ ਆ ਜੂਨ ਜੁਲਾਈ 'ਚ ਹੋਣੀ ਜਾ ਕੇ ਅਤੇ ਇੱਥੇ ਪਹਿਲਾਂ ਗਰਮੀ ਕਿੰਨੀ ਆ ਸਹੀ ਆ ਲਓ ਜੀ ਆ ਆਪਣੇ ਵੱਡੇ ਭਾਜੀ ਭਾਜੀ ਇੱਥੇ ਦੇ ਆ ਠੀਕ ਆ ਰਾਜਸਥਾਨ ਤੋਂ ਭਾਜੀ ਰੇਗਿਸਤਾਨ ਰਾਜਸਥਾਨ ਮੁੰਡਿਓ ਕਿੱਦਾਂ ਵੇ ਬਰਫ਼ ਤੋਂ ਸਿੱਧਾ ਹੀ ਚਿੱਲ ਸਿੱਧਾ ਹੀ ਸਿੱਧਾ ਹੀ ਰੇਗਿਸਤਾਨ ਨੇ ਉਹਦੇ ਘੁੰਮਾਉਂਦੇ ਗੱਡੀ ਲਾ ਲਈ ਆ ਤੇ ਦੂਰ ਦੂਰ ਤੱਕ ਰੀਤਾ ਨਾਲ ਮੇਰੇ ਯਾਰ ਬੇਲੀ ਦੋ ਤਿੰਨ ਆਹ ਦਾ ਪੰਜਾਂ ਜਾਣਿਆ ਜਿੰਨਾ ਆ ਚੱਲ ਗਾਨਹੂ ਭਾਣਜਾ ਜੀ ਭਾਜੀ ਰੇਗਿਸਤਾਨ ਬਰਫ਼ ਤੋਂ ਸਿੱਧਾ ਹੀ ਤੈਨੂੰ ਰੇਤਾ ਚੜਤਾ ਲੋ ਵੀ ਮਿੱਤਰੋ ਘੁੰਮਦਿਆਂ ਘੁੰਮਦਿਆਂ ਨੂੰ ਪੈ ਗਈ ਸ਼ਾਮ ਤੇ ਯਾਰ ਹੈਗੇ ਨਾਲ ਜਿਹੜੇ ਸੀਗੇ ਮੋਹਾਲੀ ਮਨਾਲੀ ਸਾਰੇ ਬੰਨੇ ਨਾਲ ਉਹੀ ਟਿੱਬਿਆਂ ਦੇ ਵਿੱਚ ਵੀ ਨਾਲ ਠੀਕ ਆ ਅਤੇ ਸੋਰੀ ਆ ਮੇਰੇ ਵੀਰ ਯਾਰ ਬੈਟਰੀ ਲੋਅ ਹੋ ਗਈ ਸੀਗੀ ਅਤੇ ਇੱਕ ਬੈਟਰੀ ਲੋਅ ਕਰਕੇ ਕੈਪਚਰ ਨਹੀਂ ਲਏ ਹੋਏ ਹੈਗੇ ਅਤੇ ਤਾਂ ਕਰਕੇ ਹੁਣ ਦੇਖ ਲਓ ਆਹ ਸਿਚੁਏਸ਼ਨ ਆ ਸ਼ਾਮ ਦੇ ਟਾਈਮ ਬਹੁਤ ਘੈਂਟ ਹਵਾ ਚੱਲਦੀ ਆ ਸਹੀ ਨਹੀਂ ਛਵੀ ਬਾ ਸ਼ਾਮ ਦੇ ਟਾਈਮ ਐਨ ਚਿਲਡ ਹੋਇਆ ਪਿਆ ਸਿਸਟਮ ਦੇਖ ਲਓ ਆਹ ਦੇਖੋ ਲਓ ਵੀ ਮਿੱਤਰੋ ਅਤੇ ਹੁਣ ਆਪਾਂ ਰੈਸਟ ਰੁਸਟ ਕਰਕੇ ਅਤੇ ਸਾਰੀ ਰੇਤ ਵਗੈਰਾ ਟਿੱਬੇ ਵਗੈਰਾ ਦੇਖ ਕੇ ਠੀਕ ਆ ਅਤੇ ਹੁਣ ਆਪਾਂ ਇੱਥੇ ਇੱਕ ਇਤਿਹਾਸਿਕ ਮੰਦਿਰ ਆ ਸ਼ਾਮ ਮੰਦਿਰ ਅੱਜ ਸਾਡਾ ਲਾਸਟ ਦਿਨ ਆ ਕਿਉਂਕਿ ਅਸੀਂ ਕਿਹਾ ਚੱਲ ਛਵੀ ਭਾਣੇ ਵੀ ਚੱਲ ਜਾਣਾ ਸੀਗਾ ਹੈ ਨਾ ਅਤੇ ਮੈਂ ਕਿਹਾ ਚੱਲ ਨਾਲੇ ਦਰਸ਼ਨ ਕਰ ਜਾਂਦੇ ਨਾਲੇ ਤੁਹਾਨੂੰ ਵੀ ਦਿਖਾ ਦਾਂਗੇ ਸਹੀ ਨਹੀਂ ਅਤੇ ਮੂਲਾ ਭਰਾ ਬੈਠਾ ਆ ਠੀਕ ਆ ਕੰਨ ਵੀ ਨਾਲ ਹੀ ਆ
ਤੇ ਬਣੇ ਰਹੋ ਤੁਸੀਂ ਜੁੜੇ ਰਹੋ ਸਾਡੇ ਨਾਲ ਹਾਂ ਤੇ ਪੂਰਾ ਆਨੰਦ ਖਾਵਾਂਗੇ ਠੀਕ ਹੈ ਨਾਲੇ ਮਸਤੀ ਵੀ ਕਰਾਂਗੇ ਨਾਲੇ ਪਾਪਾ ਜੀ ਦੇ ਦਰਸ਼ਨ ਵੀ ਕਰਾਂਗੇ ਠੀਕ ਹੈ ਜੀ ਚਲੋ ਮਿਲਦੇ ਹਾਂ ਲੋ ਜੀ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਹਾਂ ਸ਼ਾਮ ਮੰਦਿਰ ਠੀਕ ਹੈ ਜੀ ਤੇ ਰਾਜਸਥਾਨ ਦਾ ਸ਼ਾਮ ਮੰਦਿਰ ਠੀਕ ਹੈ ਜੀ ਸੋਹਣਾ ਬਣਾਇਆ ਨਾ ਭਾਜੀ ਚਲੋ ਹੁਣ ਦਰਸ਼ਨ ਕਰਦੇ ਆ ਚਲ ਆਇਆ ਚਲੋ ਬਾਬਾ ਜੀ ਦੇ ਦਰਸ਼ਨ ਹੋ ਗਏ ਬਹੁਤ ਸੋਹਣਾ ਮੰਦਿਰ ਬਣਾਇਆ ਤੇ ਤੁਸੀਂ ਦੇਖਿਓ ਨਾ ਦਰਸ਼ਨ ਕੀਤੇ ਅਸੀਂ ਵੀ ਤੁਸੀਂ ਵੀ ਕਰੋ ਠੀਕ ਆ ਤੇ ਹੁਣ ਆਪਾਂ ਚੱਲੇ ਹਾਂ ਘਰ ਨੂੰ ਠੀਕ ਆ ਤੇ ਇਹ ਵਲੌਗ ਨੂੰ ਇੱਥੇ ਆਪਾਂ ਐਂਡ ਕਰਦੇ ਹਾਂ ਠੀਕ ਆ ਬਾਬਾ ਜੀ ਦਾ ਨਾਂ ਲੈ ਕੇ ਤੇ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਅੱਗੇ ਸਾਰਿਆਂ ਨੂੰ ਸ਼ੇਅਰ ਕਰਿਓ ਤੇ ਰਾਜਸਥਾਨ ਦੀਆਂ ਗੱਲਾਂ ਬਾਤਾਂ ਦੇਖਣ ਸਾਰੇ ਜਾਣੇ ਸਹੀ ਨਹੀਂ ਭਰਾ ਠੀਕ ਆ ਤੇ ਸ਼ਮੀ ਭਰਾ ਕੱਲ ਨੂੰ ਆਪਣੇ ਨਾਲ ਲਾਸਟ ਦੇਣਾ ਭਾਜੀ ਨੇ ਚੱਲ ਜਾਣਾ ਇਟਲੀ ਠੀਕ ਆ ਹੈਡ ਮੰਦਿਰ ਬਹੁਤ ਸ਼ਾਨਦਾਰ ਬਣਿਆ ਭਾਜੀ ਰਾਜਸਥਾਨ ਬਾਕੀ ਚਲੋ ਸਹੀ ਆ ਭਾਜੀ ਫਿਰ ਮਿਲਦੇ ਆ ਠੀਕ ਆ ਜੀ ਆ ਰਾਣੀ ਜੇ ਘੁੰਮਦੇ ਸੀ ਦੇਖ ਲਓ ਠੀਕ ਆ ਤੇ ਹੁਣ ਤਿਆਰੀ ਆ ਪੂਰੀ ਪੂਰੀ ਤਿਆਰੀ ਆ ਠੀਕ ਆ ਰਾਣੀ ਵੀ ਤਿਆਰ ਆ ਤੇ ਰਾਣੀ ਨੂੰ ਚਲਾਉਣਾ ਹੈ ਰਾਈ ਵੀ ਤਿਆਰ ਆ ਸਹੀ ਆ ਤੇ ਹੁਣ ਮਿਲਦੇ ਆ ਸਿੱਧਾ ਪੰਜਾਬ ਕਿਉਂਕਿ ਰਾਤ ਨੂੰ 2 ਵਜੇ ਤੁਰਨਾ ਆ ਤੇ ਉਸ ਟਾਈਮ ਕੋਈ ਮਤਲਬ ਬਣਾਉਣ ਦਾ ਹੈ ਨੀਗਾ ਬਾਕੀ ਜੇ ਕਿਤੇ ਦੇਖਿਆ ਫਿਰ ਕੈਪਚਰ ਜ਼ਰੂਰ ਕਰਾਂਗੇ ਜ਼ਰੂਰ ਜ਼ਰੂਰ ਜੀ ਬਾਕੀ ਸਾਰਾ ਤੁਹਾਨੂੰ ਪਤਾ ਮੋੜ ਤੇ ਡਿਪੈਂਡ ਮੋੜ ਤੇ ਡਿਪੈਂਡ ਮੋੜ ਸਹੀ ਆ ਸਹੀ ਆ ਸਾਰਾ ਕੁਝ ਸਹੀ ਆ
ਠੀਕ ਹੈ ਜੀ, ਚਲੋ ਮਿਲਦੇ ਹਾਂ ਜੀ ਨੈਕਸਟ ਵਲੌਗ ਚ, ਅੱਲਾ ਹਾਫਿਜ਼।